ਮੈਂ ਤੁਰਿਆ ਫਿਰਦਾ ਰਿਹਾ ਵੀ ਬਾਈ ਦੇ ਦੋ ਕਹਿੰਦਾ ਬਾਈ ਆ ਜਾ ਆ ਜਾ। ਫਿਰ ਮੈਂ ਉਸ ਦਿਨ ਉਹਨਾਂ ਦੇ ਚੰਡੀਗੜ੍ਹ ਸੀ, ਮੈਂ ਗੇਟ ਦੀ ਤਿਆਰੀ ਕਰ ਰਿਹਾ ਸੀ, ਬਾਈ ਕਹਿੰਦਾ ਆ ਜਾ ਪਿੰਡ ਆ ਜਾ। ਉੱਥੇ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ, ਪਿੰਡ ਦੀ ਪਰਛੱਤੀ ਵੀ ਨਹੀਂ ਸੀਗੀ, ਉੱਤੇ ਮੀਂਹ ਪਈ ਜਾਂਦਾ, ਮਾਂ ਬਾਈ ਆ ਜਾ, ਕਹਿੰਦਾ ਬਾਈ ਯਾਰ ਮੀਂਹ ਪੈ ਰਿਹਾ ਯਾਰ ਤੂੰ ਚਲਾ ਜਾ। ਉੱਦਣ ਮੈਂ ਮੀਂਹ 'ਚ ਭਿੱਜੀ ਜਾਵਾਂ, ਅੱਖਾਂ 'ਚੋਂ ਪਾਣੀ ਆਈ ਜਾਵੇ ਵੀ ਯਾਰ ਗਲਤ ਹੋ ਗਿਆ ਕੰਮ। ਉਹ ਪੁਆਇੰਟ 'ਤੇ ਯਾਨੀ ਕਿ ਮੇਰੀ ਅੱਖਾਂ 'ਚੋਂ ਪਾਣੀ ਨਿਕਲਿਆ ਉੱਦਣ, ਮੈਂ ਯਾਰ ਵੀ ਮੈਂ ਬਹੁਤ ਦੂਰੋਂ ਆਇਆ ਸੀ, ਮੀਂਹ ਪਈ ਜਾਂਦਾ ਸੀ, ਕੱਪੜੇ ਭਿੱਜੀ ਜਾਂਦੇ। ਉੱਦਣ ਮੈਂ ਸੋਚਿਆ ਮੈਂ ਨਾ ਅੱਜ ਸਹੁੰ ਖਾਧੀ ਹੈ, ਨਾ ਕਿਸੇ ਦਾ ਲਿਖਿਆ ਗਾਵਾਂ, ਅਤੇ ਭਲਾ ਨਹੀਂ ਬਣ ਜਾਂ, ਭਲਾ ਨਹੀਂ ਫੇਲ ਹੋ ਜਾਂ, ਆਪਦਾ ਲਿਖੂੰਗਾ।